ਪੰਜਾਬੀ ਰੇਡੀਓ ਯੂ ਐਸ ਏ ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤਾਂ ਪ੍ਰੋਗਰਾਮ ਸਿਹਤ ਸੰਭਾਲ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ ਵੀਰਵਾਰ ਦਾ ਇਹ ਜਿਹੜਾ ਪ੍ਰੋਗਰਾਮ ਜਿਸ ਦੇ ਵਿੱਚ ਆਪਣੇ ਨਾਲ ਜਗਵੀਰ ਜੀ ਜੁੜਨਗੇ ਅਤੇ ਉਹ ਆਪਾਂ ਨੂੰ ਘਰੇਲੂ ਨੁਸਖੇ ਹੋਮ ਰੈਮਡੀਜ਼ ਦੇ ਬਾਰੇ ਜਾਣਕਾਰੀ ਦੇਣਗੇ। ਇਸ ਪ੍ਰੋਗਰਾਮ ਦੇ ਵਿੱਚ ਕੋਈ ਵੀ ਡਾਕਟਰ ਨਹੀਂ ਹੁੰਦਾ। ਘਰੇਲੂ ਨੁਸਖੇ ਹੋਮ ਰੈਮਡੀਜ਼ ਦੇ ਨਾਲ ਵੱਖ ਬਿਮਾਰੀਆਂ ਦੇ ਇਲਾਜ ਦੇ ਬਾਰੇ ਜਿਹੜੀ ਜਾਣਕਾਰੀ ਉਹ ਇਸ ਪ੍ਰੋਗਰਾਮ ਦੇ ਵਿੱਚ ਸਾਂਝੀ ਕੀਤੀ ਜਾਂਦੀ ਹੈ। ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਸਾਡਾ ਸਹਿਯੋਗ ਕੀਤਾ ਬੀਸਲਾ ਪਰਿਵਾਰ ਬੇਕਰਸਫੀਲਡ, ਤੇਜਿੰਦਰ ਸਿੰਘ ਗਿੱਲ ਬੇਕਰਸਫੀਲਡ, ਸੁਰਿੰਦਰ ਸਿੰਘ ਕੰਗ, ਗੁਰਚਰਨ ਸਿੰਘ ਖਾਲਸਾ ਬੇਕਰਸਫੀਲਡ, ਪਰਮਿੰਦਰ ਸਿੰਘ ਧਾਲੀਵਾਲ, ਬਲਵੰਤ ਮਾਂਗਟ ਓਹਾਇਓ, ਸੰਤ ਸਿੰਘ ਅਤੇ ਦੇਬਾਂ, ਜੀਤ ਕੌਰ ਢੇਸੀ ਟਰਲੋਕ, ਸਤਨਾਮ ਸਿੰਘ, ਕਮਲਜੀਤ ਕੌਰ ਬੈਂਸ, ਕਰਨੈਲ ਸਿੰਘ ਰੰਧਾਵਾ ਟਰਲੋਕ, ਗੁਰਮੀਤ ਕੌਰ ਹੈਨਫਰਡ, ਸੁਰਿੰਦਰ ਕੌਰ ਸਿੰਘਾ ਸ਼ਿਕਾਗੋ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ, ਦਲਬੀਰ ਸਿੰਘ, ਜਸਵੰਤ ਕੌਰ ਅਟਵਾਲ ਯੂਬਰ ਸਿਟੀ, ਬਲਜੀਤ ਸਿੰਘ, ਹਰਦੀਪ ਕੌਰ ਸੈਕਰਾਮੈਂਟੋ, ਪ੍ਰਿਤਪਾਲ ਸਿੰਘ, ਗੁਰਮੇਲ ਕੌਰ ਬਾਠ, ਸੈਲਮਾ ਜਗਤਾਰ ਔਲਖ, ਫਰੈਜ਼ਨੋ, ਮਹਿੰਦਰ ਚੌਹਾਨ ਮੰਟੀਕਾ, ਕੁਲਵੰਤ ਸਿੰਘ, ਨਵਿੰਦਰ ਕੌਰ ਬੋਥਲ, ਜੁਝਾਰ ਸਿੰਘ, ਸੁਰਿੰਦਰ ਕੌਰ ਗਿੱਲ ਐਲਗਰੋਵ ਅਤੇ ਬਹਾਦਰ ਸਿੰਘ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅਤੇ ਆਓ ਅੱਜ ਦੇ ਪ੍ਰੋਗਰਾਮ ਦੀ ਕਰਦੇ ਹਾਂ ਸ਼ੁਰੂਆਤ, ਗੱਲਬਾਤ ਕਰਦੇ ਹਾਂ ਜਗਵੀਰ ਸਿੰਘ ਜੀ ਦੇ ਨਾਲ। ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ। ਪਿੱਤੇ ਦੀ ਪੱਥਰੀ ਵਾਸਤੇ ਪੁੱਛਦੇ ਸੀਗੇ ਜੀ। ਸਾਰਿਆਂ ਤੋਂ ਪਹਿਲਾਂ ਤਾਂ ਮੈਂ ਕਹੂੰਗਾ ਜੀ, ਹੁਣੇ ਤੁਸੀਂ ਜਿਸ ਤਰ੍ਹਾਂ ਅਲਟਰਾਸਾਊਂਡ ਕਰਾ ਕੇ, ਪਹਿਲਾਂ ਤਾਂ ਉਹਨਾਂ ਦਾ ਸਾਈਜ਼ ਤੁਹਾਨੂੰ ਪਤਾ ਹੋਣਾ ਚਾਹੀਦਾ ਪੱਥਰੀ ਦਾ, ਵੀ ਕਿੱਡਾ ਕੁ ਹੈਗਾ। ਕਈ ਵਾਰੀ ਆਪਣੇ ਮੇਰੇ ਇੱਥੇ ਹੋਈ ਹੈ ਜੀ, ਆਪਣੇ ਨਾਲ ਘਰੇ ਹੋਈ ਹੈ ਸਾਡੇ, ਤਾਂ ਦੋ ਤਿੰਨ ਚਾਰ ਵੀਕਾਂ ਦੀ ਉਹ ਗੱਲ ਹੈ, ਮੇਰੀ ਵਾਈਫ ਦੇ ਪੱਥਰੀ ਉਹਨੂੰ ਜਿਸ ਤਰ੍ਹਾਂ ਨਿਕਲ ਕੇ ਜੀ, ਬਣੇ 'ਚ ਮੋਟੀ ਸੀਗੀ, ਉਹ ਨਾੜੀਮਾਂ ਫਸ ਗਈ ਉਹ, ਅਤੇ ਉਹਦੇ ਆਪਣੇ ਹੁਣ ਤੱਕ ਟਰਾਈ ਕਰਦੇ ਹੈਗੇ, ਡਾਕਟਰ ਨਿਕਲੀ ਨਹੀਂ ਆਏ ਵੀ। ਉਹ ਕਹਿੰਦੇ ਵੀ ਚੱਲ ਆਪੇ ਨਿਕਲ ਜਾਵੇ, ਦੂਜੀ ਫਲੱਸ਼ ਹੋ ਗਏ ਜਾਂ ਹੋਰ ਵਾਟ ਹੈ। ਪਰ ਸਾਈਜ਼ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ, ਵੀ ਜੇ ਮੋਟੀ ਹੋ ਗਈ ਤਾਂ ਫਿਰ ਇਹ ਖਤਰਨਾਕ ਹੈ, ਜਿਸ ਤਰ੍ਹਾਂ ਫਿਰ ਆਪਾਂ ਕੱਢਣੇ ਦੀ ਟਰਾਈ ਵੀ ਕਰੀ ਜੀ ਤਾਂ ਆਪਣੇ ਫਸ ਸਕਦੀ ਹੈ, ਵੀ ਸਾਈਜ਼ ਜੇ ਛੋਟਾ ਹੋਵੇ ਫਿਰ ਠੀਕ ਹੈਗਾ। ਤੋ ਮੇਕ ਸ਼ੋਰ ਕਰ ਲਵੇ, ਚੀਜ਼ਾਂ ਮੈਂ ਤੁਹਾਨੂੰ ਦੱਸ ਦਿੰਦਾ ਵੀ ਕਿਹੜੀ ਪਿੱਤੇ ਦੀ ਪੱਥਰੀ ਵਾਸਤੇ ਆਪਣੇ ਯੂਜ਼ ਕਰਦੇ ਹੈਗੇ। ਇਹ ਹੈਗਾ ਜੀ, ਆਪਣੇ ਸਾਰਿਆਂ ਤੋਂ ਪਹਿਲਾਂ ਤੁਸੀਂ ਲੈ ਸਕਦੇ ਹੈਗੇ ਨਿੰਬ ਦੇ ਪੱਤੇ ਅਤੇ ਆੜੂ, ਜਿਹੜਾ ਪੀਚਸ ਹੁੰਦੀਆਂ ਹੈਗੀਆਂ ਉਹਨਾਂ ਦੇ ਦਰਖਤ ਦੇ ਪੱਤੇ ਲੈਣੇ ਹੈਗੇ, ਬਰਾਬਰ ਬਰਾਬਰ ਦੋਏ ਲੈ ਗਏ, ਉਹਦੀਆਂ ਛੋਟੀਆਂ ਛੋਟੀਆਂ ਗੋਲੀਆਂ ਵੱਟ ਲਈਆਂ, ਜਿਸ ਤਰ੍ਹਾਂ ਮੋਠ ਦੇ ਦਾਣੇ ਹੁੰਦੇ, ਦੋ ਗੋਲੀਆਂ ਤੁਸੀਂ ਰੋਜ਼ ਕਾਂਜੀ ਨਾਲ ਲੈਣੀਆਂ ਹੈਗੀਆਂ, ਗਾਜਰਾਂ ਦੀ ਕਾਂਜੀ ਪਾ ਕੇ ਉਹਦੇ ਨਾਲ ਲੈਣੀਆਂ ਹੈਗੀਆਂ, ਹਫ਼ਤਾ ਦੋ ਹਫ਼ਤੇ ਲਾਓ ਤਾਂ ਤਲੇ ਪਿੱਤੇ ਦੀ ਪੱਥਰੀ ਨਿਕਲ ਜਾਂਦੀ ਇਹਦੇ ਨਾਲ। ਜਾਂ ਫਿਰ ਤੁਸੀਂ ਉਹਨੇ ਪਪੀਤੇ ਦੀ ਜੜ ਜਿਹੜੀ ਹੁੰਦੀ ਉਹਦਾ ਉੱਪਰ ਜੋ ਛਿਲਕਾ ਹੁੰਦਾ ਉਹਨੂੰ ਪੀ ਲੈਣਾ ਹੈ ਸੁਕਾ ਕੇ, ਅਤੇ ਜੌਂ ਖਾਰ ਇਹ ਦੋਵੇਂ ਚੀਜ਼ਾਂ ਤੁਸੀਂ ਬਰਾਬਰ ਬਰਾਬਰ ਲੈਣੀਆਂ ਹੈਗੀਆਂ, ਅਤੇ ਛੋਲੇ ਦੇ ਜਾਣੇ ਜਿਹੜੀਆਂ ਇਹਦੀਆਂ ਗੋਲੀਆਂ ਬਣਾ ਲੈਣੀਆਂ ਹੈਗੀਆਂ, ਅਤੇ ਇਹ ਵੀ ਕਾਂਜੀ ਨਾਲ ਲੈਣੀਆਂ ਹੈਗੀਆਂ ਤੁਸੀਂ ਦੋ ਗੋਲੀਆਂ ਰੋਜ਼, ਇਹ ਵੀ ਤੁਸੀਂ 7 ਦਿਨ ਵੱਧ ਤੋਂ ਵੱਧ ਤੁਹਾਨੂੰ ਪਤਾ ਲੱਗ ਜੂਗਾ, ਨਹੀਂ ਤਾਂ 2 ਹਫ਼ਤੇ। ਅਤੇ ਸੁਹਾਂਜਨੇ ਦੀ ਜੜ ਦਾ ਛਿਲਕਾ ਇਹ ਤੁਸੀਂ ਆਪਣੇ ਛਾਣ ਕੇ ਇਹਨੂੰ ਕੁੱਟ ਕੇ ਇਹਦੇ ਛੋਲਿਆਂ ਦੇ ਜਾਣਾ ਜਿਹੜੀਆਂ ਗੋਲੀਆਂ ਬਣਾਉਣੀਆਂ ਹੈਗੀਆਂ, 2 ਗੋਲੀਆਂ ਲੈਣੀਆਂ ਤੁਸੀਂ, ਇਹ ਤਾਜ਼ੇ ਪਾਣੀ ਨਾਲ ਤੁਸੀਂ ਲੈ ਸਕਦੇ ਹੈਗੇ ਜੀ ਇਹਦੇ ਵਿੱਚੋਂ। ਜਾਂ ਫਿਰ ਤੁਸੀਂ ਸੰਨ ਦੇ ਬੀਜ ਉਹ ਤੁਸੀਂ 10 ਕੁ ਗ੍ਰਾਮ ਦੇ ਲਈ ਬਥੇਰੇ ਹੈ, ਉਹ ਪੀਹ ਕੇ ਤੁਸੀਂ ਆਪਣੇ ਉਹਦੀ ਗੋਲੀਆਂ ਵੱਟਣੀਆਂ ਹੈਗੀਆਂ, ਜਿਸ ਮੋੜ ਦੇ ਦਾਣੇ ਜਿਹੜੀਆਂ ਗੋਲੀਆਂ, ਇਹ 2 ਗੋਲੀਆਂ ਤੁਸੀਂ ਇਹ ਲੈਣੀਆਂ ਹੈਗੀਆਂ ਤੁਸੀਂ ਬੱਕਰੀ ਦੇ ਦੁੱਧ ਨਾਲ, ਇਹ ਤੁਸੀਂ ਲੈ ਸਕਦੇ ਹੈਗੇ। ਅਤੇ ਇਹਦੇ ਪੱਖੜਾ ਵੀ ਇਹਦੇ ਵਿੱਚੋਂ ਚੰਗਾ ਕੰਮ ਕਰਦਾ ਜੀ, ਪੱਖੜੇ ਨੂੰ ਤੁਸੀਂ ਆਪਣੇ ਕੁੱਟ ਛਾਣ ਕੇ ਜਿਸ ਤਰ੍ਹਾਂ ਛੋਲਿਆਂ ਦੀ ਗੋਲੀਆਂ ਹੁੰਦੀਆਂ ਉਸ ਤਰ੍ਹਾਂ ਬਣਾ ਲਓ, 2 ਗੋਲੀਆਂ ਤੁਸੀਂ ਰੋਜ਼, ਇਹ ਵੀ ਕਾਂਜੀ ਨਾਲ ਲੈਣੀਆਂ ਹੈਗੀਆਂ ਤੁਸੀਂ, ਗਾਜਰਾਂ ਦੀ ਕਾਂਜੀ ਨਾਲ, ਇਹ ਲੈ ਸਕਦੇ ਹੈਗੇ। ਅਤੇ ਇਹਦੇ ਬਾਅਦ ਤੁਹਾਨੂੰ ਦੱਸਦੇ ਹੈਗੇ ਇੱਕ ਨੁਸਖਾ ਹੋਰ ਹੈ, ਉਹ ਵੀ ਦੱਸ ਦਿੰਦਾ ਤੁਹਾਨੂੰ। ਇਹਦੇ ਵਿੱਚ ਮੈਂ 6 ਬਦਾਮ ਲੈਣੇ ਹੈਗੇ, 6 ਮਣਕੇ ਲੈਣੇ ਹੈਗੇ, ਖਰਬੂਜਾ ਜਿਸ ਤਰ੍ਹਾਂ ਖਰਬੂਜੇ ਦੇ ਬੀਜ ਲੈਣੇ ਹੈਗੇ ਆਪਣੇ 4 ਗ੍ਰਾਮ, 1 ਚਮਚਾ ਹੋ ਜੂਗਾ ਇਹ, 2 ਛੋਟੀਆਂ ਇਲਾਇਚੀਆਂ ਅਤੇ 10 ਗ੍ਰਾਮ ਕੂਜਾ ਮਿਸ਼ਰੀ,
ਇਹ ਰਾਤ ਨੂੰ ਭਿਓ ਕੇ ਰੱਖ ਦੇਣੇ ਹੈਗੇ, ਬਦਾਮਾਂ ਦੇ ਛਿਲਕ ਲਾ ਕੇ ਤੁਸੀਂ ਮੁਨੱਕਿਆਂ ਦੇ ਬੀਜ ਕੱਢ ਲੈਣੇ ਹੈਗੇ, ਇਹਨੂੰ ਫਿਰ ਘੋਟ ਕੇ ਤੁਸੀਂ ਉਹ ਤੁਸੀਂ ਪੁਣ ਕੇ ਪੀਣਾ ਹੈਗਾ ਜੀ। ਇਹਦੇ ਨਾਲ ਵੀ ਹੌਲੀ ਹੌਲੀ ਉਹਨੇ ਪਸਰੀ ਨਿਕਲ ਜਾਂਦੀ ਹੈ ਇਹਦੇ ਨਾਲ। ਅੱਛਾ, ਇੱਕ ਹੋਰ ਵੀ ਪੜ੍ਹਿਆ ਸੀਗਾ ਉਹਨੇ ਜੇ ਤੁਸੀਂ ਉਹਨੇ ਧਨੀਆ ਅਤੇ ਜੀਰਾ ਬਰਾਬਰ ਬਰਾਬਰ ਲੈ ਕੇ ਥੋੜ੍ਹਾ ਜਿਹਾ, ਇੱਕ ਚਮਚਾ ਤੁਸੀਂ ਉਹਨੇ ਜਿਹੜਾ ਹੁੰਦਾ ਉਹਨੇ ਤਰਬੂਜ ਦਾ ਜੂਸ ਘਰ ਕੱਢ ਕੇ ਤੁਸੀਂ ਉਹਨੇ ਉਹਦੇ ਨਾਲ ਵੀ ਤੁਸੀਂ ਉਹਨੇ ਪੀ ਸਕਦੇ ਹੈਗੇ ਇਹਦੇ। ਅੱਗੇ ਚੱਲਦੇ ਹੈਗੇ ਆਪਾਂ ਜੇ ਫੇਫੜਿਆਂ ਮੈਂ ਪਾਣੀ ਪੁੱਛਦੇ ਸੀਗੇ ਉਹ ਤੁਸੀਂ ਉਹਨੇ ਤੁਲਸੀ ਦਾ ਰਸ ਲੈ ਸਕਦੇ ਹੈਗੇ, ਦੋ ਚਮਚੇ ਤੁਸੀਂ ਤੁਲਸੀ ਦਾ ਰਸ ਰੋਜ਼ ਲੈ ਲਿਆ ਕਰੋ, ਇਹ ਵਧੀਆ ਚੀਜ਼ ਹੈਗੀ ਇਹਦੇ ਵਾਸਤੇ ਜਿਹੜੇ ਫੇਫੜਿਆਂ ਮੈਂ ਪਾਣੀ ਪੁਣੀ ਭਰਦਾ। ਮੂੰਹ ਦੇ ਉੱਤੇ ਕਿੱਲ ਪੁੱਛਦੇ ਸੀਗੇ, ਮੂੰਹ ਦੇ ਕਿੱਲ ਇਹਨੂੰ ਉਹਨੇ ਅਜਵਾਇਣ ਨੂੰ ਪੀ ਕੇ ਤੁਸੀਂ ਦਹੀਂ ਦੇ ਵਿੱਚਵਾਂ ਗਾੜਾ ਜਿਹਾ ਪੇਸਟ ਜਿਹਾ ਬਣਾ ਕੇ ਉਹ ਤੁਸੀਂ ਕਿੱਲਾ ਤੇ ਉੱਤੇ ਲਗਾਉਣਾ, ਇਹਦੇ ਨਾਲ ਆਪਣੇ ਕਿੱਲ ਸਾਡੇ ਦੱਬ ਜਾਂਦੇ ਜੀ। ਇਹਦੇ ਫਿਰ ਇਹਦੇ ਵਿੱਚੋਂ ਸੌਂਫ ਖਾਣੀ ਜ਼ਰੂਰੀ ਹੈ, ਗਰਮੀ ਕਰਕੇ ਜ਼ਿਆਦਾ ਨਿਕਲਦੇ ਕਿੱਲ, ਸੌਂਫ ਠੰਡੀ ਹੁੰਦੀ ਹੈ, ਸੌਂਫ ਤੁਸੀਂ ਆਪਣੇ ਚਮਚਾ ਦੋ ਚਮਚੇ ਰੋਜ਼ ਖਾਣ ਲਾ ਜਾਓ, ਇਹੀ ਤੁਹਾਡੀ ਸਕਿਨ ਨੂੰ ਵੀ ਬਹੁਤ ਫਰਕ ਪਾ ਦਿੰਦਾ ਜੀ। ਇਹ ਇਹਦੇ ਨਾਲ ਫਿਰ ਤੁਸੀਂ ਆਪਣੇ ਲੈ ਸਕਦੇ ਹਾਂ ਸਫੇਦ ਪਿਆਜ਼ ਦਾ ਰਸ ਲੈ ਲਓ ਤੁਸੀਂ, ਅਤੇ ਉਹਦੇ ਵਿੱਚੋਂ ਥੋੜ੍ਹਾ ਸ਼ਹਿਦ ਪਾ ਲੈਣਾ ਹੈਗਾ ਅਤੇ ਦੋ ਚੁਟਕੀਆਂ ਸੇਂਦਾ ਨੂਣ ਪਾ ਲੈਣਾ ਹੈਗਾ, ਇਹ ਮਿਕਸ ਕਰਕੇ ਲੇਪ ਜਿਹਾ ਬਣਾ ਕੇ ਅਤੇ ਉਹ ਤੁਸੀਂ ਆਪਣੇ ਲਗਾਉਣਾ ਹੈਗਾ ਕਿੱਲਾਂ ਦੇ ਉੱਤੇ। ਅੱਛਾ, ਫਿਰ ਨਹੀਂ ਤੁਸੀਂ ਆਪਣੇ ਪੁਦੀਨੇ ਦੇ ਜਿਹੜੇ ਪੱਤੇ ਲੈ ਲੈਣੇ, ਪੁਦੀਨਾ ਪੁਦੀਨਾ ਲੈ ਕੇ ਉਹਦੇ ਵਿੱਚੋਂ ਥੋੜ੍ਹੀ ਜਿਹੀ ਸ਼ਰਾਬ ਪਾ ਕੇ ਉਹਦਾ ਘੋਟ ਲੈਣਾ ਹੈਗਾ, ਉਹਨੂੰ ਉਹਦਾ ਲੇਪ ਜਿਹਾ ਬਣਾ ਲੈਣਾ ਹੈਗਾ, ਉਹ ਲਗਾਓ, ਇਹਦੇ ਨਾਲ ਵੀ ਆਪਣੇ ਕਿੱਲ ਠੀਕ ਹੋ ਜਾਂਦੇ ਹੈਗੇ। ਜਾਂ ਫਿਰ ਇਹਦੇ ਵਿੱਚ ਤੁਸੀਂ ਮਸਰਾਂ ਦੀ ਦਾਲ ਜਿਹੜੀ ਹੁੰਦੀ ਹੈ ਉਹਨੂੰ ਦੁੱਧ ਮਾਂ ਭਿਓ ਕੇ ਉਹ ਤੁਸੀਂ ਆਪਣੇ ਦੁੱਧ ਮਾਂ ਭਿਓ ਕੇ ਫਿਰ ਬਲੈਂਡਰ ਜਿਵੇਂ ਪਾ ਕੇ ਜਾਂ ਮਿਕਸੀ ਜਿਵੇਂ ਪਾ ਕੇ ਉਹਦਾ ਘੋਟ ਲੈਣਾ ਹੈਗਾ, ਉਹ ਤੁਸੀਂ ਆਪਣੇ ਲਗਾ ਸਕਦੇ ਹੈਗੇ। ਜਾਂ ਫਿਰ ਸਰੋਂ ਦਾ ਤੇਲ ਲੈਣਾ ਹੈਗਾ ਥੋੜ੍ਹਾ ਜਿਹਾ, ਥੋੜ੍ਹਾ ਸੈਂਦਾ ਨੂਣ ਪਾ ਲੈਣਾ ਹੈਗਾ ਅਤੇ ਵਿੱਚਵਾਂ ਨਿੰਬੂ ਨਿਚੋੜ ਲੈਣਾ ਹੈਗਾ, ਇਹਦਾ ਪੇਸਟ ਜਾਂ ਤੁਸੀਂ ਆਪਣੇ ਬਣਾ ਕੇ ਲਗਾ ਸਕਦੇ ਹੈਗੇ। ਇਹ ਸੌਂਫ ਸੌਂਫ ਖਾ ਲਿਆ ਕਰੋ, ਇਹਦੇ ਵਿੱਚੋਂ ਵਧੀਆ ਚੀਜ਼ ਹੈਗੀ, ਜੇ ਆਪਣੇ ਖੂਨ ਦੀ ਖਰਾਬੀ ਜਿਸ ਤਰ੍ਹਾਂ ਦੂਰ ਕਰਨੀ ਹੈਗੀ, ਜਿਹਨਾਂ ਦੇ ਫੁੰਸੀਆਂ ਨਿਕਲੀਆਂ ਹੋਈਆਂ, ਫੋੜੇ ਫੁੰਸੀਆਂ ਕਿੱਲ ਕੁੱਲ ਜਿੰਨੀ ਵੀ ਸਕਿਨ ਦੀ ਪ੍ਰੋਬਲਮ ਹੈਗੀ, ਉਹ ਤੁਸੀਂ ਆਪਣੇ ਇੱਕ ਗਲਾਸ ਮਾਂ ਪਾਣੀ ਦਾ ਇੱਕ ਨਿੰਬੂ ਚੋੜ ਕੇ ਦੋ ਤਿੰਨ ਚਮਚੇ ਸ਼ਹਿਦ ਦੇ ਪਾ ਕੇ ਇਹ ਤੁਸੀਂ ਰੋਜ਼ ਪੀਣਾ ਹੈਗਾ, ਚਾਹੇ ਕਿੱਲਾਂ ਚਾਹੇ ਫੁੰਸੀਆਂ ਚਾਹੇ ਛਾਈਆਂ ਸਭ ਕੁਛ, ਜਿੰਨੀ ਵੀ ਸਕਿਨ ਦੀ ਪ੍ਰੋਬਲਮ ਆ ਸਾਰਾ ਖੂਨ ਦੀ ਆਪਣੇ ਖਰਾਬੀ ਕਰਕੇ ਹੁੰਦੀ ਹੈ, ਖੂਨ ਕਲੀਨ ਹੋਣਾ ਚਾਹੀਦਾ ਸਾਰਾ। ਫਿਰ ਦੂਸਰਾ ਇਲਾਜ ਇਹਦੇ ਵਿੱਚ ਮੈਂ ਤੁਸੀਂ ਗਾਜਰ ਦਾ ਰਸ, ਪਾਲਕ ਦਾ ਰਸ, ਟਮਾਟਰ ਦਾ ਰਸ ਇਹ ਬਰਾਬਰ ਬਰਾਬਰ ਲੈਣਾ ਹੈਗਾ, ਤੁਸੀਂ ਅੱਧਾ ਅੱਧਾ ਕੱਪ ਲੈ ਲਓ ਅਤੇ ਵਿੱਚੋਂ ਦੋ ਚਮਚੇ ਸ਼ਹਿਦ ਮਿਕਸ ਕਰਕੇ ਤਿੰਨੇ ਇਹ ਡੇਢ ਕੁ ਗਲਾਸ ਬਣ ਜੂਗਾ, ਇਹ ਡੇਢ ਕੁ ਕੱਪ ਬਣ ਜੂਗਾ ਦੋ ਚਮਚੇ ਸ਼ਹਿਦ ਦੇ ਮਿਲਾ ਕੇ, ਇਹ ਤੁਸੀਂ ਆਪਣੇ ਪੀਓ, ਇਹ ਸਾਰਾ ਆਪਣੇ ਠੀਕ ਕਰ ਦਿੰਦਾ ਹੈ। ਅੱਛਾ, ਫਿਰ ਸੌਂਫ ਸਾਨੂੰ ਦੱਸਿਆ ਹੈਗਾ ਪਹਿਲਾਂ, ਸੌਂਫ ਤੁਸੀਂ ਉਹ ਖਾਣੀ ਹੈਗੀ ਇਹਦੇ ਵਿੱਚੋਂ। ਅੱਛਾ, ਫਿਰ ਇਹਦੇ ਵਿੱਚੋਂ ਤੁਸੀਂ 2 ਗ੍ਰਾਮ ਹਲਦੀ ਵੀ ਅੱਧਾ ਕੁ ਚਮਚਾ ਹਲਦੀ ਦਾ ਅਤੇ 4 ਗ੍ਰਾਮ ਔਲਿਆਂ ਦਾ ਪਾਊਡਰ ਇਹ ਮਿਕਸ ਕਰਕੇ ਖਾਣਾ ਹੈਗਾ ਜੀ ਤੁਸੀਂ, ਇਹਦੇ ਨਾਲ ਵੀ ਸਾਰਾ ਬਲੱਡ ਜਿਹੜਾ ਆਪਣੇ ਖੂਨ ਸਾਫ਼ ਹੋ ਜਾਂਦਾ ਹੈਗਾ ਇਹਦੇ ਨਾਲ। ਜੇ ਫੁੰਸੀਆਂ ਵਾਲੇ ਕਹਿੰਦੇ ਸੀਗੇ ਉਹ ਫੁੰਸੀਆਂ ਜਿਹੀਆਂ ਹੋਈਆਂ ਵੀ ਆ, ਉਹ ਦਾਲਚੀਨੀ ਦੇ ਵਿੱਚ ਸ਼ਹਿਦ ਮਿਲਾ ਕੇ ਉਹਦਾ ਪੇਸਟ ਜਿਹਾ ਬਣਾ ਕੇ ਉਹ ਤੁਸੀਂ ਲਗਾ ਸਕਦੇ ਹੈਗੇ ਫੁੰਸੀਆਂ ਦੇ ਉੱਤੇ। ਜਾਂ ਫਿਰ ਆਪਣੇ ਤੁਸੀਂ ਕਰੇਲੇ ਦਾ ਰਸ ਅਤੇ ਨਿੰਬੂ ਦਾ ਰਸ ਇਹ ਮਿਕਸ ਕਰਕੇ ਇਹ ਲਗਾ ਸਕਦੇ ਹੈ ਫੁੰਸੀਆਂ ਦੇ ਉੱਤੇ। ਫਿਰ ਕੱਚੇ ਪਪੀਤੇ ਦਾ ਰਸ ਅਤੇ ਨਿੰਬੂ ਦਾ ਰਸ ਅਤੇ ਆਪਣੇ ਵਿੱਚੋਂ ਥੋੜ੍ਹੀ ਜਿਹੀ ਹਲਦੀ ਪਾ ਕੇ ਉਹ ਤੁਸੀਂ ਪੇਸਟ ਜਿਹਾ ਬਣਾ ਕੇ ਲਗਾ ਸਕਦੇ ਹੈਗੇ। ਫਿਰ ਸਰੋਂ ਦੇ ਤੇਲ ਦੇ ਵਿੱਚ ਤ੍ਰਿਫਲਾ ਪਾਊਡਰ ਮਿਕਸ ਕਰਕੇ ਉਹਦਾ ਲੇਪ ਜਿਹਾ ਬਣਾ ਕੇ ਉਹ ਤੁਸੀਂ ਲਗਾ ਸਕਦੇ ਹੈਗੇ। ਅਤੇ ਆਪਣੇ ਪਿਆਜ਼ ਦਾ ਰਸ ਇਹਦੇ ਵਿੱਚ ਮੈਂ ਪਿਆਜ਼ ਦਾ ਰਸ, ਕਰੇਲੇ ਦਾ ਰਸ ਅਤੇ ਸ਼ਹਿਦ ਇਹ ਮਿਕਸ ਕਰਕੇ ਲਗਾ ਸਕਦੇ ਹੈਗੇ, ਨਹੀਂ ਤਾਂ ਮੂੰਗਫਲੀ ਦੇ ਤੇਲ ਦੇ ਵਿੱਚ ਮੈਂ ਸ਼ਹਿਦ ਲਗਾ ਕੇ ਮਿਕਸ ਕਰਕੇ ਉਹ ਤੁਸੀਂ ਆਪਣੇ ਲਗਾ ਸਕਦੇ ਹੈਗੇ। ਆਪਣੇ ਜਿਹੜੀ ਖਾਜ ਖੁਜ ਵੀ ਹੁੰਦੀ ਹੈ ਫੁੰਸੀਆਂ, ਜੇ ਕੋਈ ਹੋਰ ਹੁੰਦੀ ਹੈਗੀ ਤਾਂ ਔਲਾ, ਸੌਂਫ ਅਤੇ ਸੁੰਡ
ਇਹ ਤਿੰਨੇ ਚੀਜ਼ਾਂ ਬਰਾਬਰ ਬਰਾਬਰ ਲੈਣੀਆਂ ਹੈਗੀਆਂ, ਅਤੇ ਤੁਸੀਂ ਇੱਕ ਚਮਚਾ ਇਹਦਾ ਸਵੇਰ ਨੂੰ, ਇੱਕ ਚਮਚਾ ਸ਼ਾਮ ਨੂੰ। ਇਹ ਖਾਣਾ ਹੈਗਾ ਜੀ, ਖਾਣਾ ਹੈਗਾ ਇਹ, ਥਰੇ ਬੋਡੀ ਮਾਤਾ ਜਿਹੜੀ ਹੀਟ ਹੈ ਉਹ ਕੱਢ ਦਿੰਦਾ ਬਾਹਰ, ਔਲਾ ਸਾਹਮ ਅਤੇ ਜਿਹੜੀ ਉਹਨੇ ਖਰਾਬੀ ਹੋ ਗਈ। ਫਿਰ ਨਾਰੀਅਲ ਦੇ ਤੇਲ ਦੇ ਵਿੱਚ ਮੈਂ ਨਿੰਬੂ ਨੂੰ ਚੋੜ ਕੇ ਤੁਸੀਂ ਲਗਾ ਸਕਦੇ ਹੈਗੇ। ਫਿਰ ਪਾਣੀ ਦੇ ਵਿੱਚ ਮੈਂ ਮਿੱਠਾ ਸੋਡਾ ਪਾ ਕੇ ਉਹ ਤੁਸੀਂ ਨਾਲੇ ਕਰੋ, ਉਹਦੇ ਨਾਲ ਉਹ ਵੀ ਵਧੀਆ ਚੀਜ਼ ਰਹੂਗੀ ਸਾਰੇ ਜਿਨ੍ਹਾਂ ਦੇ ਪੋੜੇ ਪੋਸੀਆਂ। ਜਿਹੜੇ ਛਾਈਆਂ ਕਹਿੰਦੇ ਸੀਗੇ, ਛਾਈਆਂ ਵਾਸਤੇ ਤਾਂ ਭਾਈ ਨੇ ਠੀਕ ਦੱਸਿਆ ਸੀਗਾ ਜੀ, ਉਹਨੇ ਵੀ ਆਰਿਆਂ ਦੀ ਘੱਟ ਕਰਕੇ ਹੁੰਦੀਆਂ ਇਹ ਜ਼ਿਆਦਾ, ਉਹ ਆਇਰਨ ਦੀ ਘਾਟ ਤੁਸੀਂ ਆਪਣੇ ਪੂਰੀ ਕਰੋ, ਪਾਲਕ ਪੁਲਕ ਖਾ ਕੇ ਜਿਹੜੀ ਚੀਜ਼ਾਂ ਆਇਰਨ ਦੀਆਂ ਵਾਸਤੇ ਹੁੰਦੀਆਂ ਉਹ ਖਾਓ, ਨਹੀਂ ਆਇਰਨ ਦੀ ਗੋਲੀਆਂ ਵੀ ਲਿਖਾ ਸਕਦੇ ਡਾਕਟਰ 'ਤੇ ਤੁਸੀਂ, ਉਹ ਖਾ ਸਕਦੇ ਹੈਗੇ। ਨਹੀਂ ਤਾਂ ਫਿਰ ਤੁਸੀਂ ਇਹਦੇ ਵਾਸਤੇ ਤੁਸੀਂ ਜਿਹੜੇ ਮਜੀਠ ਹੁੰਦੀ ਹੈ ਜੀ, ਮਜੀਠ ਉਹਦਾ ਤੁਸੀਂ ਆਪਣੇ ਇੱਕ ਚਮਚੇ ਦਾ ਕਾੜਾ ਜਿਹਾ ਬਣਾ ਕੇ ਉਹ ਪੀਣਾ ਹੈਗਾ ਜੀ। ਇਹਦੇ ਨਾਲ ਜਿਹੜੇ ਜਿਨ੍ਹਾਂ ਦੇ ਕਿੱਲ ਹੈਗੇ ਅਤੇ ਛਾਈਆਂ ਹੈਗੀਆਂ ਇਹ ਫਰਕ ਪੈਣ ਲੱਗ ਜਾਂਦਾ। ਗਲੇ ਐਪਲ ਜ਼ਿਆਦਾ ਖਾਵੇ ਜੀ, ਜਿਹਨਾਂ ਦੀ ਛਾਈਆਂ ਪਈਆਂ ਵੀ ਆ, ਐਪਲ ਜ਼ਿਆਦਾ ਖਾਇਆ ਕਰੋ ਤੁਸੀਂ, ਇਹ ਵੀ ਠੀਕ ਕਰ ਦੇਣੀਆਂ। ਅਤੇ ਛਾਈਆਂ ਵਾਲੇ ਤੁਸੀਂ ਨਿੰਬੂ ਦਾ ਰਸ ਅਤੇ ਤੁਲਸੀ ਦਾ ਰਸ ਇਹ ਬਰਾਬਰ ਬਰਾਬਰ ਕਰਕੇ ਇਹ ਤੁਸੀਂ ਲਗਾਉਣਾ ਛਾਈਆਂ ਦੇ ਉੱਤੇ। ਫਿਰ ਨਹੀਂ ਤਾਂ ਤੁਸੀਂ ਹਲਦੀ ਦੇ ਵਿੱਚ ਮੈਂ ਨਿੰਬੂ ਰਸ ਕੱਢ ਲੈਣਾ, ਹਲਦੀ ਜਿਹੜੀ ਗੱਠੀ ਜੀ ਲੈ ਕੇ, ਹਲਦੀ ਦੀ ਗੱਠੀ ਲੈ ਕੇ ਉਹ ਘਸਾ ਕੇ ਉਹਦਾ ਲੇਪ ਜਿਹਾ ਬਣਾ ਕੇ ਉਹ ਲਗਾਓ, ਇਹ ਵੀ ਛਾਈਆਂ ਵਾਸਤੇ ਵਧੀਆ ਚੀਜ਼ ਹੈਗੀ ਹੈ। ਅੱਛਾ, ਫਿਰ ਨਿੰਬ ਦਾ ਤੇਲ ਜਿਹੜਾ ਹੁੰਦਾ ਉਹਦੇ ਵਿੱਚ ਮੈਂ ਤੁਸੀਂ ਨੂਣ ਮਿਕਸ ਕਰਕੇ, ਨਿੰਬ ਦੇ ਤੇਲ ਮੈਂ ਝੁਟਕੀ ਨੂਣ ਮਿਕਸ ਕਰਕੇ ਇਹ ਛਾਈਆਂ 'ਤੇ ਤੁਸੀਂ ਲਗਾਓ ਜੀ। ਅੱਛਾ, ਫਿਰ ਔਲੇ ਦੇ ਰਸ ਦੇ ਵਿੱਚ ਮੈਂ ਨਿੰਬੂ ਦਾ ਰਸ ਮਿਕਸ ਕਰਕੇ ਇਹ ਤੁਸੀਂ ਆਪਣੇ ਲਗਾ ਸਕਦੇ ਹੈਗੇ। ਜੇ ਥੋੜ੍ਹੇ ਸੰਗਤਰੇ ਦੇ ਛਿਲਕੇ ਲੈ ਲੈਣੇ ਹੈਗੇ, ਥੋੜ੍ਹੇ ਨਿੰਬੂ ਦੇ ਛਿਲਕੇ ਲੈ ਲੈਣੇ ਹੈਗੇ, ਇਹਨਾਂ ਨੂੰ ਸੁਕਾ ਲੈਣਾ ਹੈਗਾ ਬਰਾਬਰ ਬਰਾਬਰ ਲੈਣੇ ਦੋ ਚੀਜ਼ਾਂ। ਅਤੇ ਦਹੀਂ ਦੇ ਵਿੱਚ ਮੈਂ ਇਹਨਾਂ ਨੂੰ ਮਿਕਸ ਕਰਕੇ ਇਹਦਾ ਪੇਸਟ ਜਿਹਾ ਬਣਾ ਕੇ ਉਹ ਤੁਸੀਂ ਛਾਈਆਂ 'ਤੇ ਲਗਾ ਸਕਦੇ ਹੈਗੇ ਇਹਦੇ ਵਿੱਚ। ਅੱਛਾ, ਇਹਦੇ ਵਿੱਚ ਮੈਂ ਫਿਰ ਤੁਸੀਂ ਆਪਣੇ 100 ਗ੍ਰਾਮ ਜਿਹੜਾ ਪਪੀਤਾ ਆਪਾਂ ਖਾਂਦੇ ਹੈਗੇ ਉਹਨਾਂ ਦੇ ਬੀਜਾਂ ਨੂੰ ਤੁਸੀਂ ਸੁਕਾ ਲੈਣਾ ਹੈਗਾ। ਫਿਰ ਆਪਣੇ ਮੱਖਣ ਦੇ ਵਿੱਚ ਮੈਂ ਮਿਕਸ ਕਰਕੇ ਉਹਦਾ ਪੇਸਟ ਜਿਹਾ ਬਣਾ ਲੈਣਾ ਹੈਗਾ, ਮੱਲਮ ਜੀ ਮੰਜ ਗਈ ਉਹ, ਅਤੇ ਉਹ ਤੁਸੀਂ ਆਪਣੇ ਛਾਈਆਂ 'ਤੇ ਲਗਾਉਣੀ ਹੈਗੀ ਜੀ। ਇਹਦੇ ਵਿੱਚ ਮੈਂ ਤੁਸੀਂ ਅਨਾਰ ਦਾ ਜੂਸ ਜ਼ਿਆਦਾ ਪੀਓ, ਸਿਓ ਦਾ ਜੂਸ ਜ਼ਿਆਦਾ ਪੀਓ, ਇਹ ਤੁਸੀਂ ਆਪਣੇ ਯੂਜ਼ ਕਰਨਾ ਜੀ। ਨਹੀਂ ਤਾਂ ਛੋਲਿਆਂ ਦੇ ਆਟੇ ਦੇ ਵਿੱਚ ਮੈਂ ਅਰੰਡੀ ਦਾ ਤੇਲ ਮਿਕਸ ਕਰਕੇ ਉਹ ਤੁਸੀਂ ਪੇਸਟ ਜਿਹਾ ਬਣਾ ਕੇ ਉਹ ਲਗਾਈ ਰੱਖੋ, ਜਦ ਥੋੜ੍ਹਾ ਜਿਹਾ 15-20 ਮਿੰਟ ਬਾਅਦ ਜਦ ਸੁੱਕ ਜਾਂਦਾ ਉਹਨੂੰ ਮਲ ਮਲ ਕੇ ਉਹ ਤੁਸੀਂ ਲਾ ਦਿਓ, ਇਹਦੇ ਨਾਲ ਵੀ ਛਾਈਆਂ ਨੂੰ ਫਰਕ ਪੈ ਜੂਗਾ। ਹੁਣ ਜਿਸ ਤਰ੍ਹਾਂ ਬੱਚੇ ਦੇ ਖੰਘ ਖੁੰਘ ਵਾਸਤੇ ਪੁੱਛਦੇ, ਬੁਖਾਰ ਹੈਗਾ ਬੱਚੇ ਨੂੰ, ਬੁਖਾਰ ਵਾਸਤੇ ਬੱਚੇ ਨੂੰ ਜੇ ਦਵਾਈ ਤਾਂ ਆਪਾਂ ਦਿੰਦੇ ਨਹੀਂ ਹੈਗੇ ਵਾਲੀ, ਉਹਨੂੰ ਪਾਈਨਐਪਲ ਦੇ ਜੂਸ ਦੇ ਵਿੱਚ ਮੈਂ ਸ਼ਹਿਦ ਮਿਕਸ ਕਰਕੇ ਦੇਣ ਲਾ ਜਾਓ 2-3 ਵਾਰੀ ਦਿਨ 'ਚ, ਇਹਦੇ ਨਾਲ ਬੁਖਾਰ ਬੱਚਿਆਂ ਦਾ ਲੈ ਜਾਂਦਾ ਹੁੰਦਾ ਜੀ। ਨਹੀਂ ਤਾਂ ਆਪਣੇ ਤੁਲਸੀ ਦੇ ਪੱਤੇ ਜਿਹੜੇ ਹੁੰਦੇ ਆ ਉਹ 2-4 ਪੱਤੇ ਦੇ ਤੁਲਸੀ ਦੇ, 2-4 ਕਾਲੀ ਮਿਰਚਾਂ, ਜੇ ਵੱਡਾ ਹੈਗਾ ਤਾਂ ਜੇ ਵੱਡੇ ਨੇ ਕਿਸੇ ਨੇ ਯੂਜ਼ ਕਰਨੀਆਂ ਤਾਂ 7 ਤੁਲਸੀ ਦੇ ਪੱਤੇ, 7 ਕਾਲੀਆਂ ਮਿਰਚਾਂ, 7 ਪਤਾਸੇ ਜਿਹੜੇ ਆਪਣੇ ਖੰਡ ਵਾਲੇ ਪਤਾਸੇ ਹੁੰਦੇ ਆ ਉਹ, ਅਤੇ ਥੋੜ੍ਹੀ ਜਿਹੀ ਮਿਸ਼ਰੀ, ਇਹ ਪਾਣੀ ਮੈਂ ਉਬਾਲ ਕੇ ਤੁਸੀਂ ਆਪਣੇ ਪੀਣ ਲਾ ਜਾਓ, ਇਹਦੇ ਨਾਲ ਬੁਖਾਰ ਉੱਤਰ ਜੂਗਾ। ਬੱਚੇ ਆਏ ਤਾਂ ਬੱਚੇ ਵਾਸਤੇ ਤਾਂ ਆਪਣੇ ਤੁਸੀਂ ਥੋੜ੍ਹੀ ਖੁਰਾਕ ਘੱਟ ਕਰ ਦੇਣੀ, ਅੱਧੀ ਅੱਧੀ ਲੈਣੀ ਹੈਗੀ, ਜੇ ਸਿਆਣੇ ਹੋ ਤਾਂ ਤੁਸੀਂ ਇੰਨੇ ਜੀ ਇਹ ਤੁਸੀਂ ਕਰ ਸਕਦੇ ਹੋ। ਅੱਛਾ, ਫਿਰ ਤੁਸੀਂ ਇਹਦੇ ਵਾਸਤੇ ਜੇ ਬਲਗਮ ਬੱਚੇ ਦੇ ਜੰਮੀ ਵੀ ਹੈਗੀ ਇਹ, ਤਾਂ ਤੁਸੀਂ ਲੌਂਗਾਂ ਦਾ ਪਾਣੀ ਤੁਸੀਂ ਦੇ ਸਕਦੇ, ਚਾਹੇ ਸਿਆਣਾ ਵੀ ਹੋਵੇ ਚਾਹੇ ਭਾਈ ਵੀ, ਪਾਣੀ ਦੇ ਵਿੱਚ ਮੈਂ ਲੌਂਗ ਤੁਸੀਂ ਰਾਤ ਨੂੰ ਭਿਓ ਕੇ ਰੱਖ ਦਿਓ, 5-7 ਲੌਂਗ ਪਾ ਦਿਓ ਤੁਸੀਂ ਇੱਕ ਜੱਗ ਦੇ ਵਿੱਚ, ਮੈਂ ਉਹਦਾ ਅਸਰ ਆ ਜੂਗਾ ਪਾਣੀ, ਮੈਂ ਉਹ ਤੁਸੀਂ ਪਾਣੀ ਪੀਓ ਦਿਨ 'ਚ, ਇਹਦੇ ਵਿੱਚ ਮੈਂ ਜਿਹੜੀ ਬਲਗਮ ਬਲਗਮ ਜੀ ਜੰਮੀ ਵੀ ਹੁੰਦੀ ਹੈ ਉਹ ਆਪਣੇ ਠੀਕ ਹੋ ਜਾਂਦੀ ਹੈ। ਫਿਰ ਰਾਤ ਨੂੰ ਜਿਸ ਟਾਈਮ ਖਾਂਸੀ ਵਾਸਤੇ ਆ, ਖਾਂਸੀ ਖੁੰਸੀ ਉੱਠਦੀ ਰਹਿੰਦੀ, ਬਲਗਮ ਉੱਠਦੀ ਰਹਿੰਦੀ ਹੈਗੀ, ਅਤੇ ਰਾਤ ਨੂੰ ਪੈਣ ਲੱਗੇ ਤੁਸੀਂ ਕੋਸਾ ਪਾਣੀ ਪੀਣਾ ਹੈ ਜੀ, ਕੋਸਾ ਪਾਣੀ ਪੀ ਕੇ ਤੁਸੀਂ ਪਿਓ, ਉਹਦੇ ਨਾਲ ਸਾਰੀ ਰਾਤ ਨੂੰ ਫਿਰ ਖੰਘ ਖੁੰਘ ਟਿਕ ਜਾਂਦੀ ਹੈ ਜੀ। ਜਾਂ ਫਿਰ ਬੱਕਰੀ ਦੇ ਦੁੱਧ ਦੇ ਵਿੱਚ ਮੈਂ ਤੁਸੀਂ ਹਲਦੀ ਪਾ ਕੇ ਉਹ ਤੁਸੀਂ ਆਪਣੇ ਲੈ ਸਕਦੇ ਹੈਗੇ, ਇਹ ਵੀ ਵਧੀਆ ਚੀਜ਼ ਹੈਗੀ। ਫਿਰ ਬੱਚੇ ਨੂੰ ਖੰਘ ਹੈਗੀ, ਉਹ ਅਨਾਰ ਦੇ ਰਸ ਦੇ ਵਿੱਚ ਮੈਂ ਸ਼ਹਿਦ ਮਿਲਾ ਲੈਣਾ ਹੈਗਾ ਥੋੜ੍ਹਾ ਜਿਹਾ, ਅਤੇ ਸ਼ੱਕਰ ਮਿਲਾ ਲੈਣੀ ਹੈਗੀ, ਉਹ ਮਿਲਾ ਕੇ ਤੁਸੀਂ ਉਂਗਲੀ ਨਾਲ ਆਪਣੇ ਚਟਾਈ ਚੱਲੋ ਬੱਚੇ ਨੂੰ, ਇਹ
ਵੀ ਆਪਣੇ ਵਧੀਆ ਖਾਂਸੀ ਵਾਸਤੇ, ਨਹੀਂ ਤਾਂ ਆਪਣੇ ਜੇ ਨਿਆਣਾ 3-4 ਸਾਲ ਦਾ ਹੈਗਾ ਜੀ ਜਾਂ 4-5 ਸਾਲ ਦਾ, ਉਹ ਆਪਣੇ ਉਹਨੂੰ ਤੁਸੀਂ ਨਟਮੈਗ ਦੇ ਸਕਦੇ ਹੈਗੇ, ਥੋੜ੍ਹਾ ਜਿਹਾ ਜੈਫਲ ਲੈ ਲੈਣਾ ਇੱਕ ਚੁਟਕੀ, ਇੱਕ ਚੁਟਕੀ ਸੁੰਡ ਲੈ ਲੈਣੀ ਹੈਗੀ ਅਤੇ ਉਹ ਦੇਸੀ ਘੀ ਦੇ ਵਿੱਚ ਮੈਂ ਮਿਕਸ ਜਿਹਾ ਕਰਕੇ ਉਹ ਤੁਸੀਂ ਉਂਗਲੀਆਂ ਨਾਲ ਚਟਾ ਦਿਓ ਉਹਨੂੰ, ਇਹਦੇ ਨਾਲ ਵੀ ਬੱਚੇ ਦੀ ਆਪਣੇ ਖਾਂਸੀ ਖੁੰਸੀ ਜਿਹੜੀ ਆਪਣੇ ਠੀਕ ਰਹਿੰਦੀ ਹੈਗੀ ਇਹਦੇ ਨਾਲ। ਜਾਂ ਫਿਰ ਤੁਸੀਂ ਆਪਣੇ ਮਲੱਠੀ ਅਤੇ ਸ਼ਹਿਦ ਵੀ ਦੇ ਸਕਦੇ ਹੈਗੇ ਬੱਚੇ ਨੂੰ, ਮਲੱਠੀ ਅਤੇ ਸ਼ਹਿਦ ਮਿਕਸ ਕਰਕੇ ਉਹ ਚਟਾ ਸਕਦੇ ਹੈਗੇ ਤੁਸੀਂ। ਜਾਂ ਫਿਰ ਥੋੜ੍ਹੀ ਬੜੀ ਇਲਾਇਚੀਆਂ ਜਿਹੜੀ ਹੁੰਦੀਆਂ ਕਾਲੀਆਂ ਅਤੇ ਕਾਲੀ ਮਿਰਚਾਂ ਅਤੇ ਮਗਾਂ, ਇਹ ਤੁਸੀਂ ਆਪਣੇ ਬਰਬਰ ਲੈਣੀਆਂ ਹੈਗੀਆਂ ਤਿੰਨੇ ਚੀਜ਼ਾਂ। ਇਹਦੇ ਵਿੱਚ ਮਾਤੇ ਜੇ ਬੱਚਾ ਹੈਗਾ ਤਾਂ ਉਹਨੂੰ ਅੱਧਾ ਕੁ ਚਮਚਾ ਸਮਝ ਲਓ, ਅੱਧਾ ਚਮਚਾ ਚੂਰਨ ਲੈ ਕੇ ਥੋੜ੍ਹਾ ਜਿਹਾ ਤੱਕ ਰਸ ਪਾ ਕੇ ਫਿਰ ਸ਼ਹਿਦ ਪਾ ਦੇਣਾ ਇਹਦੇ ਵਿੱਚ, ਮੈਂ ਉਹ ਜਾਮ ਜੇ ਮੰਗਣਾ ਬਣਾ ਕੇ ਉਹਨੂੰ ਉਹ ਚਟਾਉਣ ਲਾ ਜਾਓ, ਇਹਦੇ ਨਾਲ ਵੀ ਥੋੜ੍ਹੀ ਆਪਣੀ ਖਾਂਸੀ ਠੀਕ ਹੋ ਜੂਗੀ। ਜੇ ਨਹੀਂ ਖਾਂਸੀ ਟਿਕਦੀ ਹੈਗੀ ਤਾਂ ਤੁਸੀਂ ਛਾਤੀ ਦੇ ਉੱਤੇ ਰਾਈ ਦੇ ਤੇਲ ਦੀ ਮਾਲਿਸ਼ ਕਰ ਸਕਦੇ ਹੈਗੇ ਇਹਦੇ ਉੱਤੇ, ਇਹ ਵੀ ਆਪਣੇ ਫਿਰ ਖਾਂਸੀ ਨੂੰ ਟਿਕਾ ਦਿੰਦੀ ਹੈ ਜੀ। ਜਿਹੜੇ ਦੱਦ ਕਹਿੰਦੇ ਸੀਗੇ, ਦੱਦ ਹੋਈ ਵੀ ਹੈਗੀ, ਉਹ ਤੁਸੀਂ ਆਪਣੇ ਚਰੈਤਾ ਲੈਣਾ ਹੈਗਾ ਅਤੇ ਇੱਕ ਚੀਜ਼ ਹੈਗੀ ਕੁਟਕੀ ਕਹਿੰਦੇ ਜੀ ਉਹਨੂੰ, ਚਰੈਤਾ ਅਤੇ ਕੁਟਕੀ ਦੋ ਚੀਜ਼ਾਂ ਨੂੰ ਆਉਂਦੇ ਤੁਸੀਂ ਬਰਾਬਰ ਬਰਾਬਰ ਲੈ ਕੇ, ਜਾਂ 50-50 ਗ੍ਰਾਮ ਜਾਂ 20-20 ਗ੍ਰਾਮ ਜਿੰਨੀਆਂ ਵੀ ਲੈਣੀਆਂ ਉਹ ਕੁੱਟ ਕੇ ਤੁਸੀਂ ਮਿਕਸ ਕਰ ਲੈਣੀਆਂ ਹੈਗੀਆਂ। ਉਹਦੇ ਵਿੱਚੋਂ ਤੁਸੀਂ ਇੱਕ ਚਮਚਾ ਲੈਣਾ ਹੈਗਾ ਅਤੇ ਇੱਕ ਕੱਪ ਤੁਸੀਂ ਪਾਣੀ ਦਾ, ਇੱਕ ਗਲਾਸ ਪਾਣੀ ਦਾ, ਉਹਦੇ ਵਿੱਚ ਮੈਂ ਰਾਤ ਨੂੰ ਭਿਓ ਕੇ ਰੱਖ ਦੇਣਾ ਹੈਗਾ। ਇਹ ਤੁਸੀਂ ਆਪਣੇ ਸਵੇਰ ਨੂੰ ਨਿਤਰਿਆ ਜਾਂ ਪਾਣੀ ਪੀ ਲੈਣਾ, ਜਿਹੜੇ ਥੱਲੇ ਦਵਾਈ ਬੈਠੀ ਹੋਊਗੀ ਉਹ ਪਈ ਰਹਿਣ ਦੇਣੀ ਹੈਗੀ, ਅਤੇ ਉਸੀ ਦਵਾਈ ਉਸ ਪਾਣੀ ਪੀ ਕੇ ਉਹਦੇ ਵਿੱਚ ਵੀ ਤੁਸੀਂ ਹੋਰ ਪਾਣੀ ਆਪਣੇ ਪਾ ਦੇਣਾ ਹੈਗਾ, ਅਗਲੇ ਦਿਨ ਫਿਰ ਤੁਸੀਂ ਉਹੀ ਪੀਣਾ ਹੈਗਾ। ਇਹ ਤੁਸੀਂ ਦੋ ਦਿਨ ਕਰਕੇ ਫਿਰ ਤੁਸੀਂ ਚੇਂਜ ਕਰ ਦਿਓ ਨਵੀਂ ਦਵਾਈ ਅਤੇ ਨਵਾਂ ਪਾਣੀ, ਐਂ ਤੁਸੀਂ ਮੇਰੇ ਨਾਲ ਪੀਓ, ਇਹਦੇ ਨਾਲ ਸਾਰੀ ਸਕਿਨ ਦੀ ਕੋਈ ਪ੍ਰੋਬਲਮ ਹੋ ਜੂਗੀ, ਪੱਕੀ ਗਰੰਟੀ ਵਾਲਾ ਕੰਮ ਹੈ ਜੀ, ਐਨ ਹਟ ਜਾਂਦੀ ਇਹਦੇ ਨਾਲ। ਫਿਰ ਤੁਸੀਂ ਆਪਣੇ ਕਾਲੇ ਛੋਲੇ ਜਿਹੜੇ ਹੁੰਦੇ ਇਹ ਭਿਓਗੇ ਤੁਸੀਂ ਰਾਤ ਨੂੰ, ਇੱਕ ਮੁੱਠੀ ਭਿਓ ਦਿਓ, ਸਵੇਰ ਨੂੰ ਉੱਠ ਕੇ ਰੋਜ਼ ਖਾਓ, ਇਹਦੇ ਨਾਲ ਵੀ ਥੋੜ੍ਹੀ ਆਪਣੇ ਸਕਿਨ ਦੀ ਜਿਹੜੀ ਪ੍ਰੋਬਲਮ ਹੈ, ਫਲਵੈਰੀ ਫਲਵੂਰੀ ਹੁੰਦੀ ਹੈ ਕੋਈ ਦੱਦ ਸਕਿਨ ਦੀ ਉਹੀ ਪ੍ਰੋਬਲਮ ਹੈ, ਉਹ ਉਹਨੇ ਠੀਕ ਹੋ ਜਾਂਦੀ ਇਹਦੇ ਨਾਲ। ਐਗਜ਼ੀਮਾ ਜਿਹੜਾ ਐਗਜ਼ੀਮਾ ਵੀ ਹੁੰਦਾ ਉਹ ਵੀ ਠੀਕ ਹੋ ਜਾਂਦਾ ਜੀ। ਫਿਰ ਤੁਸੀਂ ਇਹਦੇ ਵਿੱਚ ਮੈਂ ਲੈ ਸਕਦੇ ਹੈਗੇ ਜਿਵੇਂ ਦੱਦ ਹੈ, ਸਰਾਇਸਿਸ ਹੈ, ਚੰਬਲ ਹੈ, ਉਹ ਤੁਸੀਂ ਅਨਾਰ ਦੇ ਪੱਤੇ, ਜਿਹੜੇ ਅਨਾਰ ਦੇ ਦਰਦ ਦੇ ਪੱਤੇ ਲੈ ਲੈਣੇ ਹੈਗੇ, ਉਹਨਾਂ ਨੂੰ ਸੁਕਾ ਕੇ ਪਾਊਡਰ ਜਿਹਾ ਬਣਾ ਲਓ ਤੁਸੀਂ ਉਹਨਾਂ ਨੂੰ, ਅਤੇ ਇੱਕ ਚਮਚਾ ਸਵੇਰ ਨੂੰ, ਇੱਕ ਚਮਚਾ ਸ਼ਾਮ ਨੂੰ, ਇਹ ਤੁਸੀਂ ਆਪਣੇ ਪਾਣੀ ਨਾਲ ਤੁਸੀਂ ਆਪਣੇ ਯੂਜ਼ ਕਰਦੇ ਕਰੋ, ਇਹ ਵੀ ਐਗਜ਼ੀਮੇ ਵਾਸਤੇ ਵਧੀਆ ਚੀਜ਼ ਹੈਗੀ ਹੈ। ਜਾਂ ਫਿਰ ਇਹਦੇ ਵਿੱਚ ਮੈਂ ਤੁਸੀਂ ਤਾਰਪੀਨ ਦਾ ਤੇਲ 24 ਗ੍ਰਾਮ ਲੈਣਾ ਹੈਗਾ ਅਤੇ ਮੁਸ਼ਕਪੂਰ ਲੈਣਾ ਹੈਗਾ 12 ਗ੍ਰਾਮ, ਇਹ ਮਿਕਸ ਕਰਕੇ ਤੇਜ਼ ਬਣ ਜੂਗਾ ਥੋੜ੍ਹਾ ਜਿਹਾ, ਇਹ ਇਹਨੂੰ ਆਪਣੇ ਤੁਸੀਂ ਕਿਊ ਟਿਪ ਨਾਲ ਲਬੇੜ ਕੇ ਜਿੱਥੇ ਸਾਰੇ ਦੱਧ ਦੁੱਧ ਹੈਗੀ ਉੱਥੇ ਤੁਸੀਂ ਕਿਊ ਟਿਪ ਨਾਲ ਲਗਾਉਣਾ ਹੈਗਾ ਜੀ। ਅੱਛਾ, ਨਹੀਂ ਤਾਂ ਦੱਧ ਵਾਲੇ ਤੁਸੀਂ ਲੈ ਸਕਦੇ ਹੈਗੇ ਨਿਸ਼ਾਦਰ, ਇਹ ਲੈਣਾ ਹੈਗਾ ਤਾਂ ਉਹਦੇ ਨਿਸ਼ਾਦਰ ਨੂੰ ਪੀ ਲੈਣਾ ਹੈਗਾ ਅਤੇ ਉਹਦੇ ਪੀ ਕੇ ਆਪਣੇ ਨਿੰਬੂ ਨਿਚੋੜ ਕੇ ਉਹਦੀ ਪੇਸਟ ਜਿਹਾ ਬਣਾ ਲੈਣਾ ਹੈਗਾ, ਉਹ ਤੁਸੀਂ ਆਪਣੇ ਲਗਾਉਣਾ ਦੱਧ ਦੇ ਉੱਤੇ। ਜਾਂ ਫਿਰ ਨਹੀਂ ਤਾਂ ਥੋੜ੍ਹਾ ਜਿਹਾ ਜੈਤੂਨ ਜਿਹੜਾ ਓਲੀਵ ਆਇਲ ਹੁੰਦਾ ਉਹਦੇ ਵਿੱਚੋਂ ਤੁਸੀਂ ਲਸਣ ਥੋੜ੍ਹਾ ਜਿਹਾ ਮਿਕਸ ਕਰ ਲਓ, ਚਾਹੇ ਤਾਂ ਲਸਣ ਦਾ ਰਸ ਕੱਢ ਕੇ ਭਾਵੇਂ ਮਿਕਸ ਕਰ ਲਓ ਥੋੜ੍ਹਾ ਜਿਹਾ ਆਪਣੇ, ਜੇ ਦੋ ਹਿੱਸੇ ਤੇਲ ਰੱਖਣਾ, ਇੱਕ ਹਿੱਸਾ ਲਸਣ ਦਾ ਤੁਸੀਂ ਇੰਨਾ ਅੰਦਾਜ਼ ਨਾਲ, ਜੇ 2 ਚਮਚੇ ਤੁਸੀਂ ਪਾਏ ਆਪਣੇ ਜੈਤੂਨ ਦੇ ਤੇਲ ਦੇ, ਓਲੀਵ ਆਇਲ ਦੇ, ਅਤੇ 1 ਚਮਚਾ ਲਸਣ ਦਾ ਰਸ ਦਾ, ਇਹ ਕੱਢ ਕੇ ਮਿਕਸ ਕਰਕੇ ਇਹ ਤੁਸੀਂ ਆਪਣੇ ਲਗਾ ਸਕਦੇ ਹੈਗੇ। ਜੇ ਹੁਣ ਥਾਰੇ ਖੁਰਕੇ ਖਰਕ ਜੀ ਹੁੰਦੀ ਹੈ, ਤੁਸੀਂ ਆਪਣੇ ਗੰਧਕ ਪਾਊਡਰ ਆਮ ਸਟੋਰਾਂ 'ਚ ਮਿਲ ਜਾਂਦਾ ਜੀ ਬਣਿਆ ਬਣਾਇਆ, ਉਹਨੂੰ ਆਪਣੇ ਨਾਰੀਅਲ ਦੇ ਪਾਣੀ ਦੇ ਵਿੱਚ ਨਾਰੀਅਲ ਦੇ ਤੇਲ ਦੇ ਵਿੱਚ ਮਿਕਸ ਜਿਹਾ ਕਰਕੇ ਲੇਪ ਜਿਹਾ ਬਣਾ ਕੇ ਉਹ ਲਗਾ ਲਓ, ਇਹਦੇ ਨਾਲ ਵੀ ਥਾਰੇ ਖੁਰ ਖਰਕ ਹੁੰਦੀ ਹੈ, ਕੋਈ ਹੋਰ ਇਹੋ ਜਿਹੀ ਜਿਹੀ ਹਟ ਜਾਂਦੀ ਹੈ ਜੀ ਇਹਦੇ ਵਿੱਚ। ਅੱਗੇ ਚੱਲਦੇ ਹੈਗੇ, ਸਿਰ ਦਰਦ ਵਾਸਤੇ ਪੁੱਛਦੇ ਸੀਗੇ ਉਹ, ਕਈ ਵਾਰੀ ਆਪਣੇ ਸਿਰ ਦਰਦ ਤਾਂ ਆਪਣੇ ਤ੍ਰਿਫਲਾ ਪਾਊਡਰ ਜਿਹੜਾ ਹੁੰਦਾ ਜੀ ਉਹ ਤੁਸੀਂ ਆਪਣੇ ਪੀਣ ਲਾ ਜਾਓ,
ਇੱਕ ਦੋ ਚਮਚੇ ਤੁਸੀਂ ਰਾਤ ਨੂੰ ਤਿਰਫਾ ਦਾ ਪਾਊਡਰ ਭਿਓ ਦੇਣਾ ਪਾਣੀ ਦੇ ਵਿੱਚ, ਮੈਂ ਉਹਦੇ ਵਿੱਚ ਮੈਂ ਮਿਸ਼ਰੀ ਮਿਲਾ ਸਕਦੇ ਹੈਗੇ ਤੁਸੀਂ, ਉਹ ਤੁਸੀਂ ਆਪਣੇ ਪੀਓ, ਉਹਦੇ ਨਾਲ ਫਿਰ ਹੌਲੀ ਹੌਲੀ ਤੁਹਾਡਾ ਸਿਰ ਦਰਦ ਠੀਕ ਹੋਣ ਲੱਗ ਜੂਗਾ, ਨਹੀਂ ਤਾਂ ਸੁੰਡ ਦੀ ਚਾਹ ਬਣਾ ਕੇ ਤੁਸੀਂ ਆਪਣੇ ਪੀ ਸਕਦੇ ਹੈਗੇ, ਉਹਦੇ ਨਾਲ ਵੀ ਫਰਕ ਪੈਂਦਾ ਹੈਗਾ, ਜਾਂ ਫਿਰ ਨਹੀਂ ਤਾਂ ਤੁਲਸੀ ਨਾਲ ਵੀ ਫਰਕ ਪੈਂਦਾ ਹੈਗਾ, ਤੁਲਸੀ ਦੀ ਚਾਹ ਬਣਾ ਕੇ ਤੁਸੀਂ ਸ਼ਹਿਦ ਮਿਲਾ ਕੇ ਇਹ ਪੀ ਸਕਦੇ ਹੈਗੇ, ਇਹ ਟਰਾਈ ਕਰਕੇ ਦੇਖ ਲਓ, ਅਤੇ ਨਹੀਂ ਤਾਂ ਤੁਸੀਂ ਅਜਵੈਨ ਇੱਕ ਕੱਪੜੇ ਦੀ ਪੋਟਲੀ ਜੀ ਵਾਂ ਅਜਵੈਨ ਦੀ ਅੱਧਾ ਕੁ ਮੁੱਠੀ ਬੰਨ ਕੇ ਤੁਸੀਂ ਰੱਖ ਲਓ, ਜਦ ਵੀ ਤੁਹਾਨੂੰ ਟਾਈਮ ਲੱਗਦਾ ਥੋੜ੍ਹੀ ਮਲ ਕੇ ਰੱਖਣੀ ਹੈ ਅਜਵੈਨ, ਮਲ ਕੇ ਰੱਖੀ ਉਹ ਫਿਰ ਸਮੈਲ ਹੀ ਜ਼ਿਆਦਾ ਲੱਗ ਜਾਂਦੀਆਂ, ਜੇ ਦੋ ਹੱਥਾਂ ਵਾਂ ਮਲ ਕੇ ਅਜਵੈਨ ਨੂੰ ਪੁੱਟ ਕੱਪੜੇ ਵਾਂ ਪਾ ਕੇ ਪੋਟਲੀ ਜੀ ਬੰਨ ਲਓ, ਆਪਣੇ ਪਾਸਮਾਂ ਪਾ ਕੇ ਰੱਖੋ, ਜਦ ਵੀ ਤੁਹਾਨੂੰ ਟਾਈਮ ਲੱਗਦਾ ਹੈਗਾ ਉਹਨੂੰ ਸੁੰਘਣ ਲਾ ਜਾਓ, ਦੋ ਤਿੰਨ ਵਾਰੀ ਸੁੰਘਲੀ ਫਿਰ ਰੱਖਦੀ, ਦੋ ਤਿੰਨ ਵਾਰੀ ਸੁੰਘਲੀ, ਜਾਂ ਵੀ ਸਾਰਾ ਟਾਈਮ ਲੱਗੇ ਦਿਨ ਬਾਅਦ ਭਾਵੇਂ 10 ਵਾਰੀ ਕਰ ਲੈਣਾ ਤੁਸੀਂ, ਇਹਦੇ ਨਾਲ ਵੀ ਸਾਰੇ ਦਿਮਾਗ ਨੂੰ ਆਪਣੇ ਜਿਹੜਾ ਠੀਕ ਹੋ ਜੂਗਾ ਸਿਰ ਦਰਦ, ਇਹਦੇ ਨਾਲ ਵੀ ਬਹੁਤ ਬੈਸਟ ਇਲਾਜ ਹੈਗਾ ਜੀ, ਇਹ ਤੁਸੀਂ ਲੈ ਸਕਦੇ, ਨਹੀਂ ਤਾਂ ਕੰਨ ਦੇ ਵਿੱਚੋਂ ਤੁਸੀਂ ਨਿੰਬੂ ਦੇ ਰਸ ਦੀਆਂ ਦੋ ਦੋ ਬੂੰਦਾਂ ਪਾ ਕੇ ਦੇਖ ਲਓ, ਇਹਦੇ ਨਾਲ ਵੀ ਸਿਰ ਦਾ ਦਰਦ ਆਪਣੇ ਠੀਕ ਹੋ ਜਾਂਦਾ ਜੀ, ਇਹਦੇ ਨਾਲ ਵੀ, ਜਾਂ ਫਿਰ ਤੁਸੀਂ ਆਪਣੇ ਦੇ ਸਕਦੇ ਹੈਗੇ ਸ਼ੱਕਰ ਵੀ ਤੂੰ ਕਈ ਵਾਰੀ ਸਿਰ ਨੂੰ ਠੀਕ ਕਰ ਦਿੰਦੀ ਹੈ ਜੀ, ਪਾਣੀ ਦੇ ਵਿੱਚ ਮਾਂ ਦੋ ਤਿੰਨ ਚਮਚੇ ਸ਼ੱਕਰ ਦੇ ਘੋਲ ਕੇ ਇਹ ਤੁਸੀਂ ਆਪਣੇ ਲੈ ਸਕਦੇ ਹੈਗੇ, ਨਹੀਂ ਤਾਂ ਜਿਹੜੀ ਜਲੇਬੀਆਂ ਹੁੰਦੀਆਂ ਗਰਮ ਦੁੱਧ ਦੇ ਵਿੱਚ ਮਾਂ ਭਿਓ ਕੇ ਉਹ ਤੁਸੀਂ ਖਾਓ ਅਤੇ ਕੋਸਾ ਕੋਸਾ ਦੁੱਧ ਪੀ ਲਓ, ਇਹ ਵੀ ਵਧੀਆ ਚੀਜ਼ ਹੈਗੀ, ਇਹਦੇ ਵਿੱਚ ਵਾ ਤੁਸੀਂ ਗਲੋਹ ਦਾ ਕਾੜਾ ਵੀ ਬਣਾ ਕੇ ਪੀ ਸਕਦੇ ਹੈਗੇ, ਇੱਕ ਚਮਚਾ ਗਲੋਹ ਦਾ ਪਾਊਡਰ ਪਾ ਦੇਣਾ ਵਿੱਚ, ਅੱਧਾ ਕੁ ਚਮਚਾ ਵਿੱਚੋਂ ਕਾਲੀ ਮਿਰਚਾਂ ਦਾ, ਇਹ ਉਬਾਲ ਕੇ ਵਿੱਚੋਂ ਫਿਰ ਸ਼ਹਿਦ ਪਾ ਕੇ ਤੁਸੀਂ ਬਾਅਦ 'ਚ ਉਹ ਕੋਸਾ ਕੋਸਾ ਜਿਹਾ ਪੀ ਲਓ, ਇਹ ਵੀ ਆਪਣੇ ਸਿਰ ਦਰਦ ਵਾਸਤੇ ਠੀਕ ਹੋ ਸਕਦਾ ਜੀ, ਜੇ ਸਾਰੇ ਊਂ ਕਈ ਵਾਰੀ ਕਮਜ਼ੋਰੀ ਵੀ ਹੋ ਸਕਦੀ ਹੈ ਬ੍ਰੇਨ ਦਿਮਾਗ 'ਚ, ਉਹਦੇ ਨਾਲ ਵੀ ਸਿਰ ਸਾਰਾ ਦੁਖਦਾ ਰਹਿੰਦਾ ਥੋੜ੍ਹਾ ਬਹੁਤਾ, ਤਾਂ ਤੁਸੀਂ ਆਪਣੇ ਦੋ ਚਮਚੇ ਲੈਣੇ ਹੈਗੇ ਸ਼ੱਕਰ ਦੇ, ਇੱਕ ਚਮਚਾ ਲੈਣਾ ਹੈਗਾ ਤਿਲਾਂ ਦਾ, ਇਹ ਮਿਕਸ ਕਰਕੇ ਖਾਣੇ ਹੈਗੇ ਤੁਸੀਂ, ਇਹਦੇ ਨਾਲ ਤੁਹਾਡੀ ਜਿਹੜੀ ਮੈਂਟਲ ਪ੍ਰੋਬਲਮ ਹੈਗੀ ਮਾਨਸਿਕ ਕਮਜ਼ੋਰੀ ਜਿਹਨੂੰ ਕਹਿੰਦੇ ਉਹ ਆਪਣੇ ਠੀਕ ਹੋ ਜਾਂਦੀ ਇਹਦੇ ਨਾਲ, ਅੱਗੇ ਪੁੱਛਦੇ ਸੀਗੇ ਆਪਣੇ ਵੀ ਪਾਣੀ ਜਿਹੜਾ ਪੇਟ ਮੈਂ ਪਾਣੀ ਭਰਦਾ ਹੈਗਾ ਉਹਨੇ ਜੀ, ਹਕੀਮੀ ਲੈਂਗੁਏਜ ਜੀ ਉਹਨੂੰ ਜਲੋਧਰ ਦੀ ਬਿਮਾਰੀ ਕਹਿੰਦੇ ਜੀ, ਵੀ ਜਲੋਧਰ ਹੋ ਗਿਆ ਇਹਨੂੰ, ਉਹਦੇ ਵਿੱਚ ਮੈਂ ਤੁਸੀਂ ਜਿਹੜਾ ਪੇਟ ਮੈਂ ਪਾਣੀ ਭਰਨਾ, ਉਹਦੇ ਵਾਸਤੇ ਤੁਸੀਂ ਕੀ ਕਰਨਾ ਹੈਗਾ, ਜੌਂ ਖਾਦ ਲੈ ਲੈਣੀ ਹੈਗੀ ਅਤੇ ਉਨੀ ਉਹ ਤੁਸੀਂ ਲੈਣੀ ਹੈਗੀ ਵਿੱਚਵਾਂ ਮੂਲੀ ਦੇ ਬੀਜ, ਇਹਦੇ ਵਿੱਚਵਾਂ ਤੁਸੀਂ ਉਹਨੇ ਦੋਵਾਂ ਨੂੰ ਮਿਕਸ ਕਰਕੇ ਮੋਠ ਦੇ ਦਾਣੇ ਜਿੰਨੀਆਂ ਇਹਦੀਆਂ ਗੋਲੀਆਂ ਵੱਟ ਲੈਣੀਆਂ ਹੈਗੀਆਂ, ਚਾਹੇ ਸ਼ਹਿਦ ਪਾ ਕੇ ਗੋਲੀਆਂ ਵੱਟ ਸਕਦੇ ਉਹਦੇ ਨਾਲ ਈਜ਼ੀ ਵੱਟ ਹੋ ਜਾਣੀ, ਜਿੰਨੀ ਜਾ ਖਾ ਲੈਣੀ ਉਨੀ ਮੂਲੀ ਦੇ ਬੀਜ ਲੈਣੇ, ਇਹ ਫਿਰ ਦੋ ਗੋਲੀਆਂ ਤੁਸੀਂ ਆਪਣੇ ਕੋਸੇ ਪਾਣੀ ਨਾਲ ਲੈਣੀਆਂ ਹੈਗੀਆਂ, ਇਹ ਜਿਹਨਾਂ ਦੇ ਪੇਟ ਮਾਂ ਪਾਣੀ ਭਰਦਾ ਜਲੋਧਰ ਕਹਿੰਦੇ ਉਹਨੂੰ। ਅੱਛਾ, ਇਹਦੇ ਵਾਸਤੇ ਤੁਸੀਂ ਲੈ ਸਕਦੇ ਹੈਗੇ ਮਗਾਂ, ਸੁੰਡ, ਕਾਲੀ ਮਿਰਚਾਂ, ਇਹ ਬਰਾਬਰ ਬਰਾਬਰ ਤੁਸੀਂ ਲੈਣੀਆਂ ਹੈਗੀਆਂ ਤਿੰਨੇ ਚੀਜ਼ਾਂ, ਇਹਨਾਂ ਦੇ ਵਿੱਚੋਂ ਤੁਸੀਂ ਆਪਣੇ ਇੱਕ ਚਮਚਾ ਚਾਹੇ ਤਾਂ ਦਹੀਂ ਮਾਂ ਪਾ ਕੇ ਖਾ ਲਓ, ਚਾਹੇ ਦਹੀਂ ਦੀ ਲੱਸੀ ਦੇ ਵਿੱਚੋਂ ਮਿਕਸ ਕਰਕੇ ਇਹ ਖਾ ਲਓ। ਇਹਦੇ ਵਾਸਤੇ ਫਿਰ ਤੁਸੀਂ ਇੱਕ ਚਮਚਾ ਲੈਣਾ ਹੈਗਾ ਤੁਸੀਂ ਗੋਰਖਮੁੰਡੀ ਦਾ ਚੂਰਨ ਤੁਸੀਂ ਐਮਾਜ਼ੋਨ ਤੋਂ ਮੰਗਵਾ ਸਕਦੇ, ਜੇ ਨਹੀਂ ਕਿੱਥੇ ਮਿਲਦਾ ਉੱਥੇ ਮਿਲ ਜਾਂਦਾ ਜੀ, ਗੋਰਖਮੁੰਡੀ ਕਹਿੰਦੇ ਇਹਨੂੰ। ਅਤੇ ਦੋ ਚਮਚੇ ਲੈਣੇ ਹੈਗੇ ਤੁਸੀਂ ਅਰੰਡੀ ਦਾ ਤੇਲ, ਇਹ ਮਿਕਸ ਕਰਕੇ ਤੁਸੀਂ ਸਵੇਰ ਨੂੰ ਅਤੇ ਸ਼ਾਮ ਨੂੰ ਇਹ ਖਾਣੇ ਹੈਗੇ, ਇਹ ਸਾਰਾ ਪਾਣੀ ਜਿਹੜਾ ਪੈਂਦਾ ਉਹ ਹਟਾ ਦਿੰਦਾ ਜੀ। ਇੱਕ ਹੋਰ ਹੈਗੀ ਆਪਣੇ ਰਿਓਂਦ ਚੀਨੀ, ਰਹਿਣ ਤੋਂ ਇੱਥੇ ਮਿਲਣੀ ਨਹੀਂ ਹੈ ਰਹਿਣੇ ਤੋਂ। ਅੱਛਾ, ਜਿਹੜੇ ਕਹਿੰਦੇ ਸੀਗੇ ਮਵਾਰੀ ਵਿੱਚ ਮੈਂ ਵੀ ਖੂਨ ਬਹੁਤ ਜ਼ਿਆਦਾ ਪੈ ਰਿਹਾ ਹੈਗਾ, ਉਹ ਤੁਸੀਂ ਤੇਜ਼ ਪੱਤਰ ਵੀ ਯੂਜ਼ ਕਰ ਸਕਦੇ, ਤੇਜ਼ ਪੱਤਿਆਂ ਦਾ ਪਾਊਡਰ ਤੁਸੀਂ ਇੱਕ ਚਮਚਾ ਲੈ ਲਿਆ ਕਰੋ ਸਵੇਰ ਨੂੰ ਸ਼ਾਮ ਨੂੰ, ਇਹ ਟਰਾਈ ਕਰਕੇ ਦੇਖ ਲਓ।
ਨਹੀਂ ਤਾਂ ਤੁਸੀਂ ਆਪਣੇ ਧਨੀਏ ਵੀ ਇਹਦੇ ਵਿੱਚ ਚੰਗਾ ਰਹਿੰਦਾ ਜੀ, ਜੇ ਦੋ ਤਿੰਨ ਚਮਚੇ ਤੁਸੀਂ ਸੁੱਕੇ ਧਨੀਏ ਦੇ ਪਾਣੀ ਨਾਲ ਉਬਾਲ ਕੇ ਤੁਸੀਂ ਉਹ ਆਪਣੇ ਟਰਾਈ ਕਰ ਸਕਦੇ ਹੈਗੇ ਜੀ। ਅੱਛਾ ਫਿਰ ਇਹਦੇ ਬਾਅਦ ਤੁਸੀਂ ਕਦਾ ਗੋਂਦ ਲੈਣਾ ਹੈਗਾ 50 ਗ੍ਰਾਮ, ਕਣਕ ਲੈਣੀ ਹੈਗੀ 50 ਗ੍ਰਾਮ, ਦੋਵਾਂ ਨੂੰ ਪੀ ਕੇ ਤੁਸੀਂ ਦੋ ਚਮਚੇ ਆਪਣੇ ਸਵੇਰ ਨੂੰ ਦੋ ਚਮਚੇ ਸ਼ਾਮ ਨੂੰ ਐਂ ਲੈਣੇ ਹੈਗੇ ਜੀ। ਇਹਦੀ ਜੇ ਬਾਲਾ ਖਾਣਾ ਪੈਂਦਾ ਹੈਗਾ ਉਹ ਹਟ ਜਾਂਦਾ ਇਹਦੇ ਨਾਲ। ਫਿਰ ਆਪਣੇ ਪੱਖੜਾ ਤੇ ਗੁੱਲਰ ਦੀ ਛਿੱਲ ਤੇ ਦੇਸੀ ਖੰਡ ਇਹ ਬਰਾਬਰ ਬਰਾਬਰ ਲੈ ਗਏ ਤੁਸੀਂ ਆਪਣੇ ਦੋ ਚਮਚੇ। ਜਦ ਤੁਹਾਡੀ ਮੈਂ ਵਾਰੀ ਆ ਕੇ ਸਮਝ ਲਓ 3 ਦਿਨ ਹੋ ਜਾਵੇ ਤੁਹਾਨੂੰ, ਉਹ ਤੋਂ ਬਾਅਦ ਤੁਸੀਂ ਇਹ ਸਟਾਰਟ ਕਰਨੀ ਹੈਗੀ ਦਵਾਈ, ਜਾਂ 3 ਦਿਨ ਤੋਂ ਬਾਅਦ। ਜਾਂ ਤੁਹਾਨੂੰ ਪਤਾ ਹੀ ਹੁੰਦਾ ਵੀ ਰੈਗੂਲਰ ਪਹਿਲਾਂ 2 ਦਿਨ ਆਉਂਦੀ ਸੀ ਜਾਂ 3 ਦਿਨ ਆਉਂਦੀ ਸੀਗੀ, ਉਹਦੇ ਬਾਅਦ ਤੁਸੀਂ ਆਪਣੇ 2 ਦਿਨ ਟੱਪ ਦਿਓ, ਉਹਦੇ ਬਾਅਦ ਤੁਸੀਂ ਇਹ ਸਟਾਰਟ ਕਰ ਦਿਓ, ਫਿਰ ਉਹਦੇ ਨਾਲ ਬੰਦ ਹੋ ਜੂਗੀ ਜੀ। ਇਹ ਦੋ ਚਮਚੇ, ਇੱਕ ਚਮਚਾ ਲੈਣਾ ਜੀ ਇਹਦਾ ਸਵੇਰ ਨੂੰ, ਇੱਕ ਚਮਚਾ ਸ਼ਾਮ ਨੂੰ। ਅੱਛਾ ਫਿਰ ਇਹਦੇ ਵਿੱਚ ਨਾ ਤੁਸੀਂ ਹੋਰ ਲੈ ਸਕਦੇ ਹੈਗੇ ਜਾਮਨ ਦੀ ਗੁਠਲੀ, ਜਿਹੜੀ ਜਾਮਨਾਂ ਦਾ ਗੁਠਲੀਆਂ ਦਾ ਪਾਊਡਰ ਹੁੰਦਾ ਉਹ ਤੁਸੀਂ ਆਪਣੇ ਇੱਕ ਚਮਚਾ ਲੈਣਾ ਹੈਗਾ ਮੂਲੀਆਂ ਦੇ, ਮੂਲੀ ਦੇ ਪਾਣੀ ਨਾਲ, ਮੂਲੀਆਂ ਦੇ ਜੂਸ ਨਾਲ ਇਹ ਤੁਸੀਂ ਲੈ ਸਕਦੇ ਹੈਗੇ। ਅੱਛਾ ਫਿਰ ਨਹੀਂ ਤੁਸੀਂ ਲੈ ਸਕਦੇ ਹਲਦੀ, ਗੇਰੂ ਤੇ ਲਾਲ ਫਟਕੜੀ। ਲਾਲ ਫਟਕੜੀ ਲੈਣੀ ਹੈ, ਚਿੱਟੀ ਨਹੀਂ ਲੈਣੀ ਹੈ, ਧਿਆਨ ਰੱਖਿਓ ਜੀ। ਹਲਦੀ, ਗੇਰੂ, ਲਾਲ ਫਟਕੜੀ ਇਹਨਾਂ ਨੂੰ ਪੀ ਕੇ ਥੋੜ੍ਹਾ ਜਿਹਾ ਸ਼ਹਿਦ ਪਾ ਲਓ ਭਾਵੇਂ ਵਿੱਚ ਮੈਂ, ਜਾਂ ਨਹੀਂ ਤਾਂ ਇਹਦੇ ਛੋਲਿਆਂ ਦੇ ਦਾਣੇ ਜਿੰਨੀਆਂ ਗੋਲੀਆਂ ਵੱਟਣੀਆਂ ਹੈਗੀਆਂ ਇਹਦੀਆਂ, ਉਹ ਤੁਸੀਂ ਆਪਣੇ ਜਿੰਨੇ ਪਾਣੀ ਪਾ ਕੇ ਜਾਂ ਦੁੱਧ ਪਾ ਕੇ ਵੱਟਣੀਆਂ ਉਸ ਤਰ੍ਹਾਂ ਵੱਟ ਸਕਦੇ ਹੋ। ਥੋੜ੍ਹੀ ਧੁੱਪ ਦਵਾ ਲਈਏ ਫਿਰ ਸੁੱਕ ਜੂਗੀਆਂ, ਸ਼ਹਿਦ ਨਾਲ ਆਪਣੇ ਵੱਟੀਆਂ ਵੀ ਖਰਾਬ ਨਹੀਂ ਹੁੰਦੀਆਂ ਹੈਗੀਆਂ। ਇਹ ਤੁਸੀਂ ਬੱਕਰੀ ਦੇ ਦੁੱਧ ਨਾਲ ਲੈਣੀਆਂ ਹੈਗੀਆਂ ਜੀ 2 ਗੋਲੀਆਂ, ਇਹ ਵੀ ਆਪਣੇ ਠੀਕ ਕਰ ਦੂਗਾ ਜੀ। ਜਾਂ ਫਿਰ ਤੁਸੀਂ ਆਪਣੇ ਅਸ਼ੋਕਾ ਰਿਸਟ ਲੈ ਸਕਦੇ ਹੋ, ਉਹ ਟਰਾਈ ਕਰ ਲਓ। ਜੇ ਬਾਹਲਾ ਤੁਹਾਨੂੰ ਪੈਂਦਾ ਵੈਸੇ ਤਾਂ ਖੁਰਾਕ ਇਹਦੀ 4 ਹੈਗੀ, 4 ਚਮਚੇ ਇਹਦੇ ਅਤੇ 4 ਚਮਚੇ ਪਾਣੀ ਦੇ, ਅਤੇ ਜੇ ਤੁਹਾਡੇ ਜ਼ਿਆਦਾ ਲੱਗਦਾ ਤੁਸੀਂ ਇਹਦੇ ਭਾਵੇਂ 8 ਚਮਚੇ ਕਰ ਲਓ, ਇਹਦੇ ਕੋਈ ਵਿਗਾੜ ਨਹੀਂ ਹੈਗਾ ਜੀ। 8 ਚਮਚੇ ਤੁਸੀਂ ਇਹਦੇ ਲੈ ਲਓ ਅਸ਼ੋਕਾ ਰਿਸਟ ਦੇ, 8 ਚਮਚੇ ਪਾਣੀ ਦੇ ਪਾ ਕੇ ਇਹ ਪੀ ਲਓ। ਇਹਦੇ ਨਾਲ ਤੁਸੀਂ ਆਪਣੇ ਇੱਕ ਬੋਤਲ ਜੀ ਖਤਮ ਕਰ ਲਓ, ਤੁਹਾਨੂੰ 1-2 ਬੋਤਲਾਂ ਲੈ ਲਓ, 14-15 ਡਾਲੇ ਦੀ ਬੋਤਲ ਮਿਲ ਜਾਂਦੀ ਹੈ ਐਮਾਜ਼ੋਨ ਤੋਂ, ਬਲਵਾ ਆਪਣੀ ਸਟੋਰਾਂ 'ਚ ਪਈ ਹੁੰਦੀ ਹੈ, ਉਹ ਤੁਸੀਂ ਲੈ ਲਓ, ਇਹ ਵੀ ਬਹੁਤ ਵਧੀਆ ਚੀਜ਼ ਹੈਗੀ ਇਹਦੇ ਵਿੱਚ ਮੈਂ। ਅੱਛਾ ਫਿਰ ਜ਼ਿਆਦਾ ਖੋਣ ਪੈਣ ਵਾਸਤੇ ਇੰਦਰ ਜਾਂ ਜਿਹੜੇ ਹੁੰਦੇ ਜੀ, ਇੰਦਰ ਜਾਂ ਉਹ ਤੁਸੀਂ 1/2 ਚਮਚਾ ਦੁੱਧ ਨਾਲ ਲੈਣਾ ਹੈਗਾ ਜੀ, ਇਹ 2-3 ਹਫ਼ਤੇ ਲਗਾਤਾਰ ਖਾਣਾ ਹੈਗਾ, ਇਹਦੇ ਨਾਲ ਉਹਨੇ ਠੀਕ ਹੋ ਜਾਂਦੀ ਹੈ। ਫਿਰ ਦੂਸਰਾ ਇਲਾਜ ਦਾ ਹੋਰ ਹੈਗਾ ਨਿਰਗੁੰਡੀ ਦੇ ਬੀਜ ਜਿਹੜੇ ਲੈਣੇ ਹੈਗੇ, ਨਿਰਗੁੰਡੀ ਦਾ ਪਾਊਡਰ ਲੈ ਲੈਣਾ ਤੁਸੀਂ, ਇਹ ਆਪਣੇ 1/2 ਚਮਚਾ ਤੁਸੀਂ ਸਵੇਰ ਨੂੰ, 1/2 ਚਮਚਾ ਸ਼ਾਮ ਨੂੰ, 1/2 ਚਮਚਾ ਲੈਣਾ, ਥੋੜ੍ਹਾ ਧਿਆਨ ਰੱਖਿਓ ਜੀ। 2 ਗ੍ਰਾਮ, 1/2 ਚਮਚੇ 2 ਗ੍ਰਾਮ ਆ ਜਾਂਦਾ ਜੀ, ਇਹ ਸਵੇਰ ਨੂੰ ਦੁੱਧ ਨਾਲ ਤੁਸੀਂ ਲੈਣਾ ਹੈਗਾ ਜੀ, 2-3 ਹਫ਼ਤੇ ਲਗਾਤਾਰ ਤੁਸੀਂ ਖਾਣਾ ਹੈਗਾ ਇਹ ਵੀ। ਅੱਛਾ ਫਿਰ ਹੋਰ ਇਲਾਜ ਹੈਗੇ ਇਹਦੇ ਜੀ, ਇਹਨਾਂ ਦੇ ਰੈੱਡ ਲਕੋਰੀਆ ਜਾਂ ਜ਼ਿਆਦਾ ਖੂਨ ਪੈਣਾ, ਇਹਦੇ ਵਿੱਚ ਸਪਾਰੀ ਆ, 1 ਸਪਾਰੀ, ਮਾਜੂ ਫਲ 3, ਮਨੱਕੇ 5, 1 ਸਪਾਰੀ, ਮਾਝੀ ਫਲ 3, ਮਨੱਕੇ 5, ਇਹ ਕੁੱਟ ਕੇ ਇਹਨਾਂ ਨੂੰ ਬਰੀਕ ਕਰ ਦੇਣਾ ਹੈਗਾ, ਅਤੇ ਛੋਲੇ ਦੇ ਜਿੰਨੀਆਂ ਗੋਲੀਆਂ ਵੱਟ ਲੈਣੀਆਂ ਇਹਦੀਆਂ, ਅਤੇ 2 ਗੋਲੀਆਂ ਸਵੇਰ ਨੂੰ, 2 ਗੋਲੀਆਂ ਸ਼ਾਮ ਨੂੰ ਦੁੱਧ ਨਾਲ ਤੁਸੀਂ ਆਪਣੇ ਲੈ ਲੈ ਕਰੀਓ। ਸਮਾਂ ਸਮਾਪਤ ਹੈ ਜੀ ਹੁਣ, ਚਲੋ ਇੱਕ ਬਸ ਦੱਸ ਦਿੰਦਾ, ਜਿਹੜਾ ਅਸ਼ੋਕਾ ਪਾਊਡਰ ਹੁੰਦਾ, ਜੇ ਨਹੀਂ ਤੁਹਾਨੂੰ ਅਸ਼ੋਕਾ ਰਿਸਟ ਮਿਲਦਾ, ਅਸ਼ੋਕਾ ਪਾਊਡਰ ਤਾਂ ਪਿਆ ਹੀ ਹੈ ਸਟੋਰਾਂ 'ਚ, ਇਹ ਤੁਸੀਂ ਆਪਣੇ ਇਹਦਾ 1.5 ਚਮਚਾ 1 ਕੱਪ ਪਾਣੀ ਪਾਉਣਾ, 1 ਕੱਪ ਦੁੱਧ ਪਾਉਣਾ ਤੁਸੀਂ ਉਹਦੇ ਵਿੱਚ, 1.5 ਚਮਚਾ ਪਾਣੀ ਦਾ ਉਬਾਲ ਕੇ, ਅਤੇ ਉਹ ਜਦ ਐਨ 1 ਗਲਾਸ ਰਹਿ ਗਿਆ ਤਾਂ ਉਹ ਪੀ ਲਓ ਤੁਸੀਂ। ਚਲੋ ਠੀਕ ਹੈ ਜੀ, ਬਾਕੀ ਜਿਹੜੇ ਰਹਿ ਗਏ ਅਗਲੇ ਹਫ਼ਤੇ ਸਹੀ ਜੀ। ਥੈਂਕ ਯੂ ਜੀ, ਓਕੇ ਸਾਰੇ ਸਰੋਤਿਆਂ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਅਤੇ ਸਰੋਤੇ ਇੱਥੇ ਸਾਡੇ ਅੱਜ ਦੇ ਪ੍ਰੋਗਰਾਮ ਦੀ ਹੁਣ ਸਮਾਪਤੀ, ਅਗਲੀ ਵਾਰ ਤੱਕ ਲਈ ਇਜਾਜ਼ਤ, ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।